ਜਾਂਦਾ ਅਸੀਂ ਉਹ ਨੁੱਕਰ ਤੇ ਜਾ ਕੇ ਬਹਿ ਜਾਂਦੇ ਸਾਡੇ ਕੋਈ ਰਿਸ਼ਤੇਦਾਰ ਸਾਡੇ ਮਾਤਾ ਨਹੀਂ ਕਰਦੇ ਤੁਸੀਂ ਬਾਬਾ ਜੀ ਸਾਡੀ ਛੱਤ ਪਾ ਦਿਓ ਅੰਕਲ ਜੀ ਸਾਡੀ ਰੁਮਾਲੀ ਵੀ ਟੁੱਟੀ ਹੋਈ ਆ ਸਾਡੇ ਕੱਪੜੇ ਵੀ ਬਾਹਰ ਪਏ ਹੁੰਦੇ ਆ ਸਾਡੀ ਛੱਤ ਟੁੱਟੀ ਹੋਈ ਆ ਜਦੋਂ ਮੀਂਹ ਆਉਂਦਾ ਅਸੀਂ ਫਿਰ ਮੀਂਹ 'ਚ ਬੈਠੇ ਰਹਿੰਦੇ ਹਾਂ ਵਾਹਿਗੁਰੂ ਜੀ ਸਾਡੀ ਮਦਦ ਕਰ ਦਿਓ ਸਾਡੀ ਕੋਈ ਮਦਦ ਨਹੀਂ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪਰ ਰੋਟੀ ਨਹੀਂ ਪੱਕਦੇ ਗਰੀਬ ਬਹੁਤ ਆ ਸਾਡਾ ਨਹੀਂ ਘਰ ਬੂਹਾ ਬਣਦਾ ਰੋਟੀ ਜਿਹੜੇ ਲਿਆਉਣੀ ਉਹ ਖਾ ਲੈਂਦੇ ਹਾਂ ਬਾਅਦ 'ਚ ਭੁੱਖੇ ਬਹਿ ਰਹੀਆਂ ਗੁਰਦੁਆਰੇ ਕਿਸੇ ਨੂੰ ਜਾਣਾ ਪੈਂਦਾ ਸਾਨੂੰ ਬਹੁਤ ਤੰਗੀ ਆਉਂਦੀ ਸਾਡੇ ਘਰ 'ਚ ਨਹੀਂ ਰੋਟੀ ਪੱਕਦੀ ਅੱਗ ਨਹੀਂ ਕਿਸੇ ਵੇਲੇ ਬਾਲਦੀ ਸਾਡੇ ਬਾਬਾ ਜੀ ਧੀਆਂ ਪੁੱਤ ਭਾ ਮਾਸਾ ਮਾਸਾ ਜਿਹਨੇ ਪਾਲਣ ਡਿਆ ਆ ਫਿਰ ਦਿਹਾੜੀ ਲੱਭ ਕਿਸੇ ਨਹੀਂ ਲੱਭਦੀ ਭੁੱਖੇ ਵੀ ਸੌਂ ਜਾਈਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਅੱਜ ਭੈਣ ਸਰਬਜੀਤ ਕੌਰ ਦੇ ਘਰ ਆਇਆ ਜੀ ਭੈਣ ਸਰਬਜੀਤ ਕੌਰ ਦੋ ਬੱਚਿਆਂ ਦੇ ਨਾਲ ਇਸ ਟੁੱਟੇ ਘਰ ਦੇ ਵਿੱਚ ਰਹਿ ਰਹੀ ਹੈ ਕੱਚਾ ਘਰ ਹੈ ਅਤੇ ਘਰ ਦੀ ਹਾਲਾਤ ਇਸ ਤਰ੍ਹਾਂ ਦੀ ਹੈ ਕਿ ਜਿਹੜੇ ਭਾਈ ਸਾਹਿਬ ਇਹਨਾਂ ਜਿਹੜੇ ਇਹਨਾਂ ਦੇ ਜਿਹੜਾ ਘਰ ਵਾਲਾ ਹੈ ਉਹ ਦਿਹਾੜੀ ਮਜ਼ਦੂਰੀ ਕਰਦਾ ਦਿਹਾੜੀ ਮਜ਼ਦੂਰੀ ਕਰਨ ਦੇ ਨਾਲ ਜੋ ਕਮਾ ਕੇ ਲੈ ਕੇ ਆਉਂਦਾ ਉਹਦੇ ਨਾਲ ਹੀ ਦੋਵੇਂ ਬੱਚਿਆਂ ਦੀ ਪੜ੍ਹਾਈ ਅਤੇ ਜਿਹੜਾ ਘਰ ਦਾ ਜਿਹੜਾ ਡੰਗ ਹੈ ਉਹ ਮਤਲਬ ਚੱਲਦਾ ਹੈਗਾ ਅਤੇ ਪਿੱਛੇ ਬਾਰਿਸ਼ਾਂ ਹੋਈਆਂ ਜਿਹੜਾ ਘਰ ਸੀ ਪੂਰਾ ਚੋਰਿਆ ਸੀ ਇਹ ਜਿਹੜਾ ਪਾਸਾ ਤੁਸੀਂ ਦੇਖ ਰਹੇ ਹੋ ਜਿੱਥੇ ਇਹ ਖੜ੍ਹੇ ਨੇ ਪੈਂਜੀ ਹੋਣੀ ਬਾਹਰ ਨਾਲੋਂ ਕੋਈ 2 ਕੁ ਫੁੱਟ ਜਿਹੜਾ ਨੀਵਾਂ ਹੈ ਸਾਰਾ ਗਲੀ ਦਾ ਪਾਣੀ ਵੀ ਅੰਦਰ ਆ ਗਿਆ ਦੋਵੇਂ ਬੱਚੇ ਲੈ ਕੇ ਭੈਣ ਦੱਸਦੀ ਹੈ ਕਿ ਮੈਂ ਐੜੀ ਸਾਈਡ 'ਤੇ ਬੈਠੀ ਹੋਈ ਸੀ ਸੋ ਗੁਰਸਿੱਖ ਭੈਣ ਗੁਰੂ ਦੇ ਹੁਕਮ ਦੇ ਵਜੋਂ ਅਸੀਂ ਇੱਥੇ ਆਏ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਇਸ ਭੈਣ ਦੀ ਮਦਦ ਕਰਨ ਜਾ ਰਹੇ ਹਾਂ ਸਤਿਗੁਰੂ ਬਲ ਬਖਸ਼ਣ ਗੁਰਸਿੱਖ ਭੈਣ ਹੈ ਸੋ ਗੁਰੂ ਸਾਹਿਬ ਦੇ ਹੁਕਮਾਂ ਦੇ ਵਿੱਚ ਇਸ ਭੈਣ ਦੇ ਘਰ ਦੀ ਜਿਹੜੀ ਪੱਕੀ ਛੱਤ ਹੈ ਉਹ ਪਾਉਣ ਜਾ ਰਹੇ ਹਾਂ ਛੋਟੇ ਛੋਟੇ ਬੱਚਿਆਂ ਦੀ ਬੇਨਤੀ ਜੋ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਸੋ ਗੁਰੂ ਰਾਮਦਾਸ ਪਾਤਸ਼ਾਹ ਇਸ ਭੈਣ ਦੇ ਉੱਤੇ ਮਿਹਰ ਕਰਨ ਆਪ ਜੀ ਦੇ ਪਰਿਵਾਰਾਂ ਦੇ ਉੱਤੇ ਮਿਹਰ ਕਰਨ ਤਾਂ ਜੋ ਆਪ ਜੀ ਨੂੰ ਬਲ ਬਖਸ਼ਣ ਜੋ ਅਜਿਹੇ ਪਰਿਵਾਰਾਂ ਦੀ ਜ਼ਰੂਰ ਮਦਦ ਕਰੀਏ ਸੋ ਇੰਨੀਆਂ ਕੁ ਬੇਨਤੀਆਂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ